ਸਮਰਾਲਾ 'ਚ ਤੜਕਸਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਟੂਰਿਸਟ ਬੱਸ, ਸੜਕ ਵਿਚਾਲੇ ਖੜੇ ਟਰਾਲੇ ਨਾਲ ਹੋਈ ਟੱਕਰ, ਦੋ ਮਹਿਲਾਵਾਂ ਦੀ ਮੌਤ, ਕਈ ਸਵਾਰੀਆਂ ਜ਼ਖਮੀ। ਪੰਜਾਬ 'ਚ ਹਰ ਪਾਰਟੀ ਨੇ ਪ੍ਰਚਾਰ ਚਲਾਈ, ਵਾਸ ਦੀ ਮਾਨ ਅੱਜ ਬਠਿੰਡਾ ਤੇ ਮਾਨਸਾ 'ਚ ਕਰਨਗੇ ਪ੍ਰਚਾਰ, ਸੁਖਬੀਰ ਬਾਦਲ ਅੱਜ ਮੁਕਤਸਰ ਸਾਹਿਬ ਤੇ ਮਲੋਟ 'ਚ ਕਰਨਗੇ ਕੈਂਪੇਨ, ਤਾਂ ਕਾਂਗਰਸ ਦੇ ਸਟਾਰ ਪ੍ਰਚਾਰਕ ਸਚਿਨ ਪਾਇਲਟ ਦੀ ਅਜਨਾਲਾ 'ਚ ਰੈਲੀ। ਹਰਿਆਣਾ 'ਚ ਪ੍ਰਚਾਰ ਦਾ ਆਖਰੀ ਦੌਰ, ਅੱਜ ਰਾਹੁਲ ਗਾਂਧੀ ਭਰਨਗੇ ਹੁੰਕਾਰ, ਦਾਦਰੀ ਸੋਨੀਪਤ ਪੰਚਕੂਲਾ 'ਚ ਕਰਨਗੇ ਰੈਲੀਆਂ, ਤਾਂ ਰਾਜਨਾਥ ਸਿੰਘ ਭਰਾਉਂਦਾ ਕਲਾਇਤ ਤੇ ਭਿਵਾਨੀ 'ਚ ਕਰਨਗੇ ਕੈਂਪੇਨ। ਗੋਪਾਲ ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ ਤੋਂ ਕਾਂਗਰਸ ਦਾ ਕਿਨਾਰਾ, ਪ੍ਰਤਾਪ ਬਾਜਵਾ ਬੋਲੇ ਖਹਿਰਾ ਦਾ ਬਿਆਨ ਉਹਨਾਂ ਦੇ ਨਿੱਜੀ ਵਿਚਾਰ, ਕਾਂਗਰਸ ਅਨੇਕਤਾ 'ਚ ਏਕਤਾ ਦੇ ਵਿਚਾਰ 'ਚ ਰੱਖਦੀ ਹੈ ਵਿਸ਼ਵਾਸ। ਪੰਜਾਬ ਦੇ ਚੋਣ ਰਣ 'ਚ ਸੀਐਮ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ, ਧੂਰੀ 'ਚ ਮੀਟ ਹੇਅਰ ਲਈ ਕੀਤਾ ਚੋਣ ਪ੍ਰਚਾਰ, ਬੋਲੇ ਇਸੇ ਸਾਲ ਚੋਣਾਂ ਤੋਂ ਬਾਅਦ ਮਹਿਲਾਵਾਂ ਨੂੰ ਮਿਲਣਗੇ ਹਜ਼ਾਰ ਹਜ਼ਾਰ ਰੁਪਏ। ਅੱਜ ਸ਼ੰਭੂ ਖਨੌਰੀ ਸਮੇਤ 4 ਬਾਰਡਰਾਂ ਤੇ ਵੱਡਾ ਇਕੱਠ ਕਰਨਗੀਆਂ ਕਿਸਾਨ ਜਥੇਬੰਦੀਆਂ, ਅੱਗੇ ਦੀ ਰਣਨੀਤੀ ਦਾ ਹੋਵੇਗਾ ਐਲਾਨ, ਪੰਜਾਬ 'ਚ ਬੀਜੇਪੀ ਲੀਡਰਾਂ ਦੇ ਘਰਾਂ ਦੀ ਚੇਤਾਵਨੀ ਦੇ ਚੁੱਕੇ ਨੇ ਕਿਸਾਨ। ਅਸਮਾਨ ਵਿਚਾਲੇ ਏਅਰ ਟਰਬੂਲੈਂਸ ਦੀ ਲਪੇਟ 'ਚ ਆਏ ਸਿੰਗਾਪੁਰ ਏਅਰਲਾਈਨਸ ਦੀ ਫਲਾਈਟ, ਜ਼ਬਰਦਸਤ ਝਟਕੇ ਲੱਗਣ ਦੇ ਨਾਲ 73 ਸਾਲ ਦੇ ਸ਼ਖਸ ਦੀ ਹੋਈ ਮੌਤ, ਕਰੀਬ 30 ਯਾਤਰੀ ਜ਼ਖਮੀ, ਬੈਂਕਾਕ 'ਚ ਕਰਵਾਈ ਗਈ ਐਮਰਜੈਂਸੀ ਲੈਂਡ। ਹਿਮਾਚਲ ਦੇ ਬੱਦੀ 'ਚ ਕੈਮੀਕਲ ਦੇ ਗੋਡਾਊਨ 'ਚ ਲੱਗੀ ਭਿਆਨਕ ਅੱਗ ਤੇ ਅਜੇ ਤੱਕ ਨਹੀਂ ਪਾਇਆ ਜਾ ਸਕਿਆ ਕਾਬੂ, ਕੱਲ੍ਹ ਸਵੇਰੇ ਗੋਡਾਊਨ 'ਚ ਲੱਗੀ ਸੀ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ 'ਚ ਜੁਟੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਸਮਰਾਲਾ ਦੀ, ਜਿੱਥੇ ਕੀ ਤੜਕਸਾਰੀ ਵੱਡਾ ਸੜਕ ਹਾਦਸਾ ਵਾਪਰਿਆ, ਦਰਸ ਕਿ ਸੜਕ ਵਿਚਾਲੇ ਖੜੇ ਟਰਾਲੇ ਦੇ ਨਾਲ ਇੱਕ ਟੂਰਿਸਟ ਬੱਸ ਹੀ ਟਕਰਾ ਗਈ, ਇਤਿਹਾਸ 'ਚ ਦੋ ਮਹਿਲਾਵਾਂ ਦੀ ਮੰਦਭਾਗੀ ਮੌਤ ਹੋ ਗਈ ਤੇ ਕਈ ਯਾਤਰੀ ਪੈਸੇਂਜਰ ਜ਼ਖਮੀ ਦੱਸੇ ਜਾ ਰਹੇ ਨੇ। ਦੱਸਦੇ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਹੜੇ ਇਲਾਜ ਨੇ ਹਾਦਸੇ ਵੇਲੇ ਬੱਸ 'ਚ 50 ਦੇ ਕਰੀਬ ਯਾਤਰੀ ਯਾਨੀ ਕਿ ਪੈਸੇਂਜਰ ਸਵਾਰ ਸੀਗੇ। ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੇ ਟੈਲੀਵਿਜ਼ਨ ਸਕਰੀਨ ਤੇ ਵੇਖ ਪਾ ਰਹੇ ਹੋ। ਦਰਅਸਲ ਧਾਰਮਿਕ ਯਾਤਰਾ ਦੇ ਲਈ ਹਰਿਦੁਆਰ ਤੋਂ ਅੰਮ੍ਰਿਤਸਰ ਆ ਰਹੀ ਸੀਗੀ ਟੂਰਿਸਟ ਬੱਸ, ਜਦੋਂ ਕਿ ਹਾਦਸੇ ਦਾ ਸ਼ਿਕਾਰ ਹੋਈ, ਜਿਹਨੇ ਵੀ ਜ਼ਖਮੀ ਯਾਤਰੀ ਨੇ ਸੜਕ ਦੇ ਵਿਚਾਲੇ ਵਿਚਾਲੇ ਹੀ ਹੇਠਾਂ ਬੈਠੇ ਹੋਏ ਨਜ਼ਰ ਆ ਰਹੇ ਨੇ। ਸਵੇਰੇ ਤਕਰੀਬਨ 5:30 ਪੂਰਾ ਹਾਦਸਾ ਵਾਪਰਿਆ, ਜਦੋਂ ਕਿ ਸੜਕ ਦੇ ਵਿਚਕਾਰ ਹੀ ਟਰਾਲਾ ਖੜਿਆ ਹੋਇਆ ਸੀਗਾ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ, ਜੋ ਬੱਸ ਦਾ ਡਰਾਈਵਰ ਸੀਗਾ, ਉਸਦੀ ਅੱਖ ਲੱਗ ਗਈ ਤੇ ਜੋ ਸੜਕ ਤੇ ਖੜਾ ਸੀਗਾ ਟਰਾਲਾ, ਉਸ 'ਚ ਆ ਬੱਸ ਜਾ ਵੱਜੀ। ਵੇਖਿਆ ਜਾ ਸਕਦਾ ਹੈ ਕਿ ਬੱਸ ਦਾ ਜੋ ਸੱਜਾ ਪਾਸਾ ਹੈ ਬੁਰੀ ਤਰੀਕੇ ਨਾਲ ਨੁਕਸਾਨਿਆ ਗਿਆ ਹੈ। ਰਾਈਟ ਸਾਈਡ ਬੱਸ ਤੁਸੀਂ ਵੇਖੀ ਜਾ ਸਕਦੀ ਹੈ ਕਿ ਉਸਦੇ ਪਰਖੱਚੇ ਹੀ ਉੱਡ ਗਏ। ਸਮਰਾਲਾ ਦੇ ਪਿੰਡ ਰੋਹਲੀਆਂ ਨੇੜਿਆ ਪੂਰਾ ਮੰਦਭਾਗਾ ਹਾਦਸਾ ਵਾਪਰਿਆ, ਹਾਦਸੇ ਤੋਂ ਬਾਅਦ ਨੇੜਲੇ ਪਿੰਡ ਦੇ ਸਥਾਨਕ ਲੋਕਾਂ ਨੇ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ। ਵੇਖਿਆ ਜਾ ਸਕਦਾ ਹੈ ਕਿ ਸਥਾਨਕ ਲੋਕ ਮੌਕੇ ਤੇ ਮੌਜੂਦ ਨੇ, ਇੱਕ ਇੱਕ ਕਰਕੇ ਉਹਨਾਂ ਨੂੰ ਬੱਸ ਤੋਂ ਬਾਹਰ ਕੱਢਿਆ ਜਾ ਰਿਹਾ, ਹਾਲਾਂਕਿ ਜੋ ਜ਼ਖਮੀ ਸੀਗੇ ਉਹ ਜੇਰੇ ਇਲਾਜ। ਸਾਡੇ ਪਿੰਡ 5:30 ਖੜੇ ਟਰੱਕ ਦੇ ਵਿੱਚ ਬੱਸ ਜਾਂਦੀ ਸੀਗੀ, ਸਿੱਧੀ ਟੱਕਰ ਵੱਜੀ ਅਤੇ ਸਾਡੇ ਪਿੰਡ ਕਾਫੀ ਆਵਾਜ਼ਾਂ ਆਈਆਂ, ਚੀਕਾਂ ਆਈਆਂ ਅਤੇ ਸਾਡਾ ਸਾਰਾ ਪਿੰਡ ਭੱਜਿਆ ਆਇਆ ਅਤੇ ਭੱਜ ਕੇ ਸਵਾਰੀਆਂ ਨੂੰ ਕੱਢਿਆ ਬਾਹਰ ਅਤੇ ਦੋ ਜਣਿਆਂ ਦੀ ਡੈਥ ਵੀ ਹੋ ਗਈ। ਬਸ ਹਰਿਦੁਆਰ ਸਾਰੇ ਤੀਰਥ ਯਾਤਰੀ। ਕਿੰਨੇ ਲੋਕ ਥੇ? 50 ਲੋਕ ਥੇ। ਸਵੇਰੇ 5:30 ਜਿਹੜਾ ਰੋਡ ਐਕਸੀਡੈਂਟ ਹੋਇਆ, ਉਹਦੇ ਵਿੱਚ
ਦੋ ਕੈਜੂਅਲਟੀ ਹੋਈ ਹੈ, ਦੋ ਲੇਡੀ ਦੀ ਡੈਥ ਹੋਈ ਹੈ ਤੇ 12 ਬੰਦੇ ਦੇ ਲੱਗੇ ਇੰਜਰਡ। ਇਹ ਬੱਸ ਅੰਮ੍ਰਿਤਸਰ ਹਰਿਦੁਆਰ ਤੋਂ ਅੰਮ੍ਰਿਤਸਰ ਜਾ ਰਹੀ ਸੀ, ਹਰਿਦੁਆਰ ਤੋਂ ਨਹੀਂ ਮਾਤਾ ਵੈਸ਼ਨੋ ਦੇਵੀ। ਨਹੀਂ ਹਜੇ ਡਰਾਈਵਰ ਦਾ ਭੱਜਿਆ, ਟਰਾਲਾ ਰੋਡ ਤੇ ਖਰਾਬ ਹੋਇਆ ਖੜਾ ਸੀ। 12 ਬੰਦੇ ਇੰਜਰਡ, ਉਹਨਾਂ ਨੂੰ ਹੋਸਪਿਟਲ ਤੋਂ ਖੜਿਆ ਸੱਚੋ ਸਭ ਲੋਕ ਗਿਆ। ਤੇ ਵਿਚਾਲੇ ਮਨਭਾਗਾ ਹਾਦਸਾ ਵਾਪਰਿਆ ਹੈ ਸਮਰਾਲਾ ਦੇ ਪਿੰਡ ਰੋਹਲੀਆ ਨੇੜੇ। ਇਸੇ ਵਿਚਾਲੇ ਜੋ ਪੁਲਿਸ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜੋ ਟਰਾਲਾ ਸੀਗਾ ਉਹ ਖਰਾਬ ਸੀਗਾ, ਸੜਕ ਦੇ ਕਿਨਾਰੇ ਖੜਿਆ ਸੀਗਾ, ਟੂਰਿਸਟ ਬੱਸ ਆ ਰਹੀ ਸੀਗੀ। ਸਵੇਰੇ ਤਕਰੀਬਨ 5:30 ਪੂਰਾ ਹਾਦਸਾ ਵਾਪਰਿਆ ਹੈ ਜਦੋਂ ਕਿ ਬੱਸ ਡਰਾਈਵਰ ਦੀ ਅੱਖ ਲੱਗ ਗਈ ਤੇ ਖੜਾ ਟਰਾਲਾ ਜੋ ਕਿ ਖਰਾਬ ਦੱਸਿਆ ਜਾ ਰਿਹਾ ਹੈ ਉਸ 'ਚ ਆ ਟੂਰਿਸਟ ਬੱਸ ਜਾ ਟਕਰਾਈ, ਦੋ ਮਹਿਲਾਵਾਂ ਦੀ ਮੰਦਭਾਗੀ ਮੌਤ ਹੋ ਗਈ ਹੈ ਤੇ ਕਾਫੀ ਜੋ ਲੋਕ ਨੇ ਪੈਸੇਂਜਰਸ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ ਇਲਾਜ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਗੁਆਂਢੀ ਸੂਬੇ ਹਰਿਆਣਾ ਦੀ। ਹਰਿਆਣਾ 'ਚ ਚੋਣ ਪ੍ਰਚਾਰ ਦਾ ਅੱਜ ਆਖਰੀ ਦੌਰ ਹੈ ਤੇ ਹਰ ਸਿਆਸੀ ਪਾਰਟੀ ਦੇ ਵੱਲੋਂ ਆਪਣੀ ਪੂਰੀ ਤਾਕਤ ਚੋਕੀ ਗਈ ਹੈ। ਅੱਜ ਰਾਹੁਲ ਗਾਂਧੀ ਹਰਿਆਣਾ 'ਚ ਚੋਣ ਹੁੰਕਾਰ ਭਰਨਗੇ। ਇਸ ਵਿਚਾਲੇ ਦਾਦਰੀ ਸੋਨੀਪਤ ਪੰਚਕੁਲਾ 'ਚ ਰਾਹੁਲ ਗਾਂਧੀ ਦੀਆਂ ਰੈਲੀਆਂ ਨੇ, ਰੈਲੀਆਂ ਨੂੰ ਸੰਬੋਧਨ ਇਹਨਾਂ ਦੇ ਵੱਲੋਂ ਕੀਤਾ ਜਾਏਗਾ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅੱਜ ਹਰਿਆਣਾ ਦੇ ਰਣ 'ਚ ਉਤਰਨਗੇ ਤੇ ਚੋਣ ਰੈਲੀ ਨੂੰ ਹੁੰਕਾਰਾ ਦੇਣਗੇ। ਕਰਾਉਣ ਦਾ ਕਲਾ ਇੱਥੇ ਭਿਵਾਨੀ 'ਚ ਰਾਜਨਾਥ ਸਿੰਘ ਦੀਆਂ ਰੈਲੀਆਂ ਨੇ। ਨਿਤਿਨ ਗਡਕਰੀ ਵੀ ਅੱਜ ਚੰਡੀਗੜ੍ਹ ਆਉਣਗੇ। ਇਸ ਵਿਚਾਲੇ ਬੁੱਧੀਜੀਵੀ ਸੰਮੇਲਨ 'ਚ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾਏਗੀ ਤੇ ਹਰਿਆਣਾ 'ਚ ਜੋ ਚੋਣ ਪ੍ਰਚਾਰ ਹੈ ਉਹ ਆਖਰੀ ਦੌਰ 'ਚ ਹੈ। ਕੱਲ੍ਹ ਸ਼ਾਮ ਨੂੰ ਅੱਜ ਚੋਣ ਪ੍ਰਚਾਰ ਹੈ ਉਹ ਥੰਮ ਜਾਏਗਾ। ਸ਼ਨੀਵਾਰ ਨੂੰ ਵੋਟਿੰਗ ਹੈ, 6ਵੇਂ ਗੇੜ 'ਚ ਆ ਵੋਟਿੰਗ ਹੈ। ਦਿੱਲੀ ਦੀਆਂ ਤਮਾਮ 7 ਸੀਟਾਂ ਤੇ ਹਰਿਆਣਾ ਦੀਆਂ ਤਮਾਮ 10 ਸੀਟਾਂ ਤੇ ਵੋਟਿੰਗ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਹਰ ਸਿਆਸੀ ਪਾਰਟੀ ਪੱਬਾ ਪਾਰ ਹੈ। ਜੇ ਅਸੀਂ ਗੱਲ ਕਰੀਏ ਤੇ ਇਸ ਦੇ ਵਿਚਾਲੇ ਜਨਨਾਇਕ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਲੋਕ ਦਲ, ਕਾਂਗਰਸ ਪਾਰਟੀ ਤੇ ਬੀਜੇਪੀ ਪਾਰਟੀ ਚੋਣ ਮੈਦਾਨ 'ਚ ਉਤਰੇ ਨੇ। ਆਮ ਆਦਮੀ ਪਾਰਟੀ ਹਾਲਾਂਕਿ ਕਾਂਗਰਸ ਨਾਲ ਗਠਜੋੜ ਹੈ, ਕੁਰੂਕਸ਼ੇਤਰ ਸੀਟ ਤੋਂ ਇੱਕ ਹੀ ਕੈਂਡੀਡੇਟ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ, ਪਰ ਹਰ ਸਿਆਸੀ ਪਾਰਟੀ ਪੱਬਾ ਪਾਰ ਹੈ ਤੇ ਰਾਹੁਲ ਗਾਂਧੀ, ਰਾਜਨਾਥ ਸਿੰਘ। ਇਸ ਦੇ ਵਿਚਾਲੇ ਤਮਾਮ ਵੱਡੇ ਦਿੱਗਜ ਨੇ ਜੋ ਕਿ ਹਰਿਆਣਾ ਦਾ ਰੁਖ ਕਰ ਰਹੇ ਨੇ। ਆਪਣੇ ਆਪਣੇ ਕੈਂਡੀਡੇਟਸ ਲਈ ਚੋਣ ਪ੍ਰਚਾਰ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ। ਬਾਲਾ ਕੁਰੂਕਸ਼ੇਤਰ, ਸਿਰਸਾ, ਹਿਸਾਰ, ਕਰਨਾਲ, ਰੋਹਤਕ, ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ, ਭਿਵਾਨੀ, ਮਹਿੰਦਰਗੜ੍ਹ 10 ਸੀਟਾਂ ਨੇ ਜਿਨ੍ਹਾਂ ਤੇ ਚੋਣ ਹੋਏਗਾ ਸ਼ਨੀਵਾਰ ਨੂੰ। ਹਰਿਆਣਾ ਦੀ ਜਨਤਾ ਆਪਣੇ ਵੋਟਿੰਗ ਹੱਕ ਦਾ ਇਸਤੇਮਾਲ ਕਰੇਗੀ। ਜੇ ਅਸੀਂ 2019 ਇਲੈਕਸ਼ਨ ਦੀ ਗੱਲ ਕਰੀਏ, 2019 'ਚ 100 ਦੀਆਂ 100 ਸੀਟਾਂ ਬੀਜੇਪੀ ਦੇ ਵੱਲੋਂ ਜਿੱਤੀਆਂ ਗਈਆਂ ਸੀਗੀਆਂ, ਪਰ ਹੁਣ ਦੱਸਦੇ ਕਿ ਜੋ ਮੁਕਾਬਲਾ ਹੈ ਜੇਜੇਪੀ, ਜਨਨਾਇਕ ਜਨਤਾ ਪਾਰਟੀ, ਇੰਡੀਅਨ ਨੈਸ਼ਨਲ ਲੋਕ ਦਲ, ਕਾਂਗਰਸ ਪਾਰਟੀ, ਬੀਜੇਪੀ ਦੇ ਵਿਚਕਾਰ। ਹੁਣ ਗੱਲ ਕਰਾਂਗੇ ਪੰਜਾਬ 'ਚ। ਪੰਜਾਬ 'ਚ ਵੀ ਚੋਣ ਪ੍ਰਚਾਰ 'ਚ ਹਰ ਸਿਆਸੀ ਪਾਰਟੀ ਦੇ ਵੱਲੋਂ ਆਪਣੀ ਪੂਰੀ ਸਿਆਸੀ ਵਾਲ ਲਾਈ ਗਈ ਹੈ। ਸੀਐਮ ਭਗਵੰਤ ਮਾਨ ਅੱਜ ਮਾਨਸਾ, ਮੌੜ, ਤਲਵੰਡੀ ਸਾਬੋ, ਕੁਚੋ ਮੰਡੀ 'ਚ ਕੈਂਪੇਨ ਕਰਨਗੇ। ਸੁਖਬੀਰ ਸਿੰਘ ਬਾਦਲ ਵੀ ਅੱਜ ਮੁਕਤਸਰ ਸਾਹਿਬ ਤੇ ਮਲੋਟ 'ਚ ਚੋਣ ਪ੍ਰਚਾਰ ਕਰਨਗੇ। ਦੱਸ ਕੇ ਪੰਜਾਬ 'ਚ ਕਾਂਗਰਸ ਨੇ ਸਟਾਰ ਪ੍ਰਚਾਰ ਉਤਾਰੇ ਨੇ। ਸਚਿਨ ਪਾਇਲਟ ਅੱਜ ਅੰਮ੍ਰਿਤਸਰ ਦੇ ਅਜਨਾਲਾ 'ਚ ਉਹਨਾਂ ਦੇ ਵੱਲੋਂ ਚੋਣ ਰੈਲੀ ਕੀਤੀ ਜਾਏਗੀ। ਦੱਸ ਕੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸਿਟਿੰਗ MP ਗੁਰਜੀਤ ਔਜਲਾ ਮੁਰਦੂ ਚੋਣ ਮੈਦਾਨ 'ਚ ਉਤਰੇ ਨੇ ਤੇ ਉਹਨਾਂ ਦੇ ਹੱਕ 'ਚ ਜੋ ਚੋਣ ਪ੍ਰਚਾਰ ਕਰਦੇ ਹੋਏ, ਕੈਂਪੇਨਿੰਗ ਕਰਦੇ ਹੋਏ ਸਚਿਨ ਪਾਇਲਟ ਨਜ਼ਰ ਆਉਣਗੇ। ਹਰ ਸਿਆਸੀ ਪਾਰਟੀ ਦੇ ਵੱਲੋਂ ਵਾਲ ਲਗਾਈ ਗਈ ਹੈ, 1 ਜੂਨ ਬੇਹੱਦ ਹੀ ਕਰੀਬ ਹੈ। ਇਸ ਦੇ ਵਿਚਾਲੇ 22 ਮਈ ਅੱਜ ਹੋ ਚੁੱਕੀ ਹੈ, ਬਹਿਸ ਕੁਝ ਹੀ ਦਿਨ ਬਾਕੀ ਨੇ ਤੇ ਜ਼ੋਰਾ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪਣੇ ਆਪਣੇ ਕੈਂਡੀਡੇਟ ਦੇ ਹੱਕ ਦੇ ਲਈ ਜੋ ਹੈ ਵੋਟ ਮੰਗਿਆ ਜਾ ਰਿਹਾ।
ਪੰਜਾਬ ਦੇ ਚੋਣ ਰੰਚ ਸੀਐਮ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਵੀ ਉਤਰ ਆਏ ਨੇ। ਡੈਸਕ ਡਾਕਟਰ ਗੁਰਪ੍ਰੀਤ ਕੌਰ ਨੇ ਧੂਰੀ ਚ ਮੀਟ ਹੇਅਰ ਦੇ ਲਈ ਚੋਣ ਪ੍ਰਚਾਰ ਕੀਤਾ। ਇਸ ਵਿਚਾਲੇ ਮਹਿਲਾਵਾਂ ਨੂੰ ਜਲਦ ਮਿਲਣਗੇ 1,000 ਰੁਪਏ। ਡਾਕਟਰ ਗੁਰਪ੍ਰੀਤ ਕੌਰ ਧਰਮਪਤਨੀ ਸੀਐਮ ਭਗਵੰਤ ਮਾਨ ਦੀ ਕਹਿੰਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਇਸੇ ਸਾਲ ਚੋਣਾਂ ਤੋਂ ਬਾਅਦ ਮਹਿਲਾਵਾਂ ਨੂੰ 1,000 ਰੁਪਏ ਮਿਲਣਗੇ। ਗੁਰਪ੍ਰੀਤ ਕੌਰ ਨੇ ਮਾਨ ਸਰਕਾਰ ਦੇ ਕੰਮ ਵੀ ਗਿਣਵਾਏ ਅਤੇ ਸੰਗਰੂਰ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਤੇ ਤਿੱਖੇ ਨਿਸ਼ਾਨੇ ਵੀ ਸਾਧੇ। ਉਮੀਦ ਕਰਦੀ ਹਾਂ ਕਿ ਪਹਿਲਾਂ ਤਾਂ ਉਹ ਤੁਹਾਡਾ ਸਾਥ ਛੱਡ ਕੇ ਭੱਜੇ ਸੀ, ਇਸ ਵਾਰ ਤੁਸੀਂ ਉਹਨਾਂ ਨੂੰ ਭਜਾ ਦਿਓ, ਤੁਸੀਂ ਉਹਨਾਂ ਨੂੰ ਵੜਨ ਨਾ ਦਿਓ ਜੀ। ਇੱਥੇ ਅਸੀਂ ਤੁਹਾਡੇ ਵਰਗੇ ਤੁਹਾਡੇ ਵਿੱਚ ਰਹਾਂਗੇ, ਕਦੇ ਵੀ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜਦੇ। ਸੋ ਮੇਰੀ ਇਹੀ ਤੁਹਾਡੇ ਅੱਗੇ ਅਪੀਲ ਹੈ ਕਿ ਆਉਣ ਵਾਲੀ 1 ਤਰੀਕ ਨੂੰ ਤੁਸੀਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਉੱਥੋਂ ਦੇ ਜਿਹੜੇ ਕੈਂਡੀਡੇਟ ਨੇ ਗੁਰਮੀਤ ਸਿੰਘ ਮੀਥੇਰ ਜੀ ਨੂੰ ਜਿਤਾਓ ਜੀ, ਤੇ ਧੂਰੀ ਦੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ, ਇਹ ਅਸੀਂ ਆਸ ਕਰਦੇ ਹਾਂ। ਜੇ ਸਰਕਾਰ ਗ੍ਰਾਂਟਾਂ ਤੋਂ ਤੁਹਾਨੂੰ ਪਿੱਠ ਨਹੀਂ ਦਿਖਾਉਂਦੀ ਤੇ ਤੁਸੀਂ ਵੋਟਾਂ ਤੋਂ ਵੀ ਨਾ ਦਿਖਾਇਓ ਜੀ, ਹਨਾ। ਇਹੀ ਆਸ ਹੈ, ਇਹੀ ਉਮੀਦ ਹੈ। ਤੇ ਜੇ ਆਪਣੇ ਸੈਂਟਰ ਚ ਨੁਮਾਇੰਦੇ ਜਾਂਦੇ ਨੇ ਤੇ ਹੋਰ ਕੰਮ ਹੋਣਗੇ, ਹੋਰ ਪ੍ਰੋਜੈਕਟਸ ਆਉਣਗੇ ਧੂਰੀ ਲਈ, ਤੇ ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ, ਮਾਵਾਂ ਤੋਂ ਵੀ, ਕਿ ਵੱਧ ਤੋਂ ਵੱਧ ਵੋਟਾਂ ਪਾਇਓ ਤੇ ਘਰੇ ਨਹੀਂ ਰਹਿਣਾ ਚਾਹੀਦਾ 1 ਤਰੀਕ ਨੂੰ ਕਿਸੇ ਨੇ ਵੀ। ਇਹ ਨਾ ਕਿ ਉਹ ਗਰਮੀ ਬਹੁਤ ਹੈ, ਨਿਕਲਿਆ ਨਹੀਂ ਜਾਂਦਾ, ਬੱਚੇ ਪਰੇਸ਼ਾਨ ਕਰਦੇ ਨੇ। ਤੁਸੀਂ ਸਾਰੇ ਜਾ ਕੇ ਆਪਣੇ 1-1 ਵੋਟ ਪਾ ਕੇ ਆਇਓ ਜੀ, ਤੁਹਾਡੀ ਵੋਟ ਇਤਿਹਾਸ ਬਦਲਦੀ ਹੈ। ਲੇਡੀਜ਼ ਦੀ ਵੋਟ ਤਾਂ ਸਪੈਸ਼ਲ, ਬੰਦੇ ਤਾਂ ਇੱਧਰ ਉੱਧਰ ਹੋ ਜਾਂਦੇ ਨੇ, ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ, ਕਿਹੜਾ ਬੰਦਾ ਕੰਮ ਕਰ ਰਿਹਾ, ਠੀਕ ਹੈ। ਸੋ ਤੁਹਾਡੀ ਵੋਟ ਬਹੁਤ ਮਾਇਨੇ ਰੱਖਦੀ ਹੈ, ਤੇ ਤੁਸੀਂ ਜ਼ਰੂਰ ਵੋਟ ਪਾ ਕੇ ਆਇਓ। ਤੇ ਜਿਹੜੀ ਇੱਕ ਗੱਲ ਆਉਂਦੀ ਹੈ ਕਿ ਲੇਡੀਜ਼ ਦਾ 1,000 ਰੁਪਿਆ, ਜਿੱਥੇ ਵੀ ਮੈਂ ਜਾਂਦੀ ਹਾਂ ਇਹ ਗੱਲ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 1,000 ਰੁਪਿਆ ਕਦ ਲਾਗੂ ਕਰੂਗੀ। ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸੇ ਸਾਲ ਦੇ ਵਿੱਚ ਵਿੱਚ ਸੀਐਮ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਜਿਹੜੇ 1,000 ਰੁਪਿਆ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ। ਤੇ ਲੇਡੀਜ਼ ਇਸ ਗੱਲਾਂ ਨਾਲ ਪਿੱਛੇ ਰਹੋ ਕਿ 1,000 ਨਹੀਂ ਮਿਲਿਆ, ਜੇ ਮਾਨ ਸਾਹਿਬ ਨੇ ਵਾਅਦਾ ਕਰਿਆ ਤਾਂ ਜ਼ਰੂਰ ਪੂਰਾ ਕਰਾਂਗੇ। ਜਿਵੇਂ 600 ਯੂਨਿਟ ਦਾ ਵਾਅਦਾ ਕੀਤਾ ਸੀਗਾ ਉਹ ਪੂਰਾ ਹੋਇਆ, ਧੂਰੀ ਚ ਜਿੰਨੇ ਵਾਅਦੇ ਕੀਤੇ ਸੀ 1-1 ਕਰਕੇ ਸਾਰੇ ਪੂਰੇ ਹੋ ਰਹੇ ਨੇ। ਟਾਈਮ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਉਹ 2 ਸਾਲਾਂ ਦਾ ਕਰਕੇ ਦਿਖਾਤੇ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਭੜਕੇ ਨੇ ਫਰੀਦਕੋਟ ਤੋਂ ਬੀਜੇਪੀ ਕੈਂਡੀਡੇਟ ਹੰਸਰਾਜ ਹੰਸ। ਹੰਸਰਾਜ ਹੰਸ ਨੇ ਕਿਹਾ ਕਿ ਮੇਰੇ ਖਿਲਾਫ ਮਜੀਠੀਆ ਕਿਉਂ ਬੋਲ ਰਹੇ ਨੇ, ਮਜੀਠੀਆ ਤੇ ਆਪਣੇ ਤੇ ਗੰਭੀਰ ਇਲਜ਼ਾਮ ਨੇ। ਹੰਸਰਾਜ ਹੰਸ ਨੇ ਕਿਹਾ ਕਿ ਅਕਾਲੀ ਦਲ ਤਾਂ ਮੇਰਾ ਲੈਣਾ ਦੇਣਾ ਨੇ ਸਿੱਖਤਾ ਹੈ ਤੇ ਮੈਂ ਆਪਣੇ ਕਈ ਸਾਲ ਅਕਾਲੀ ਦਲ ਨੂੰ ਦਿੱਤੇ ਨੇ। ਇਸ ਵਿਚਾਲੇ ਹਮਲਾਵਰ ਨੇ ਹੰਸਰਾਜ ਹੰਸ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਤਾਂ ਮੇਰਾ ਦੇਣਾ ਨਹੀਂ ਦੇ ਸਕਦਾ, ਮੈਂ ਆਪਣੇ ਕਈ ਸਾਲ ਅਕਾਲੀ ਦਲ ਨੂੰ ਦਿੱਤੇ ਨੇ। ਦੱਸ ਕੇ ਬੀਜੇਪੀ ਦੇ ਵੱਲੋਂ ਹੰਸਰਾਜ ਹੰਸ ਨੂੰ ਫਰੀਦਕੋਟ ਸੀਟ ਤੋਂ ਚੋਣ ਮੈਦਾਨ ਚ ਉਤਾਰਿਆ ਗਿਆ। ਇੱਥੇ ਤਾਂ ਜੇ ਕੀਤਾ ਕੁਛ ਵੀ ਨਹੀਂ ਹੁੰਦਾ ਵਿਰੋਧੀ ਨੂੰ, ਤਾਂ ਦੇਖਿਆ ਹੀ ਹੈ ਤੁਸੀਂ। ਹਾਂਜੀ, ਅੱਛਾ ਹੋਰ ਤਾਂ ਮੈਨੂੰ ਜੋ ਮਰਜ਼ੀ ਕੋਈ ਕਹੀ ਜਾਵੇ, ਉਹ ਮਜੀਠੀਆ ਰਾਮ ਪਤਾ ਨਹੀਂ ਕਿਹੜਾ, ਜਿਹੜਾ ਮਜੀਠੀਆ ਰਾਮ ਹੀ ਉਹਦਾ ਨਾਂ, ਵਿਕਰਮ ਸਿੰਘ, ਵਿਕਰਮ ਮਜੀਠੀਆ ਰਾਮ, ਉਹ ਵੀ ਮੇਰੇ ਦੁਆਲੇ ਹੋਇਆ ਆ। ਉਹ ਡਰੱਗ ਤੁਹਾਡੇ ਤੋਂ ਸ਼ੁਰੂ ਹੋਈ ਹੈ, ਬੱਚੇ ਲੋਕਾਂ ਦੇ ਤੁਸੀਂ ਮਾਰਤੇ, ਅੱਜ ਹਰ ਮਾਵਾਂ ਵੈਣ ਪਾ ਰਹੀਆਂ। ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ, ਪਹਿਲਾਂ ਫ੍ਰੀ ਵਿੱਚ ਤੁਹਾਡੀਆਂ ਮੈਂ ਕੰਪੇਨਾਂ ਕਰਦਾ ਰਿਹਾ, ਫਿਰ ਮੈਂ 10-12 ਸਾਲ ਜ਼ਿੰਦਗੀ ਦੇ ਕੀਮਤੀ ਤੁਹਾਡੇ ਲਈ ਲਾਏ, ਪਰ ਮੈਂ ਹੈਰਾਨ ਹਾਂ
ਨਹੀਂ ਅਕਾਲੀ ਦਲ ਨਾਲ ਜੁੜਨਾ ਗਲਤੀ ਨਹੀਂ ਸੀ, ਵੱਡੇ ਬਾਦਲ ਸਾਹਿਬ ਤੱਕ ਇੱਦਾਂ ਬੋਲਦੇ ਨਹੀਂ ਸੀ, ਸੁਖਵੀਰ ਜੀ ਨੇ ਕਦੀ ਨਹੀਂ ਬੋਲਿਆ, ਭੈਣ ਜੀ ਹਰਸਿਮਰਤਜੀਤ ਨੇ ਮੇਰੇ ਬਾਰੇ ਕਦੀ ਨਹੀਂ ਬੋਲਿਆ। ਆਹ ਮਜੀਠੀਆ ਰਾਮ ਪਤਾ ਨਹੀਂ ਕਿੱਥੋਂ ਉਹ ਆ ਗਿਆ, ਉਹ ਮੈਂ ਦੇਖਿਆ ਦੋ ਤਿੰਨ ਵੀਡੀਓ, ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਤਰਸ ਕਰਦਾ, ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਪਲਾਟ ਕੱਟਦੇ ਗਰੀਬਾਂ ਨੂੰ, ਤਾਂ ਵੀ ਤੇਰਾ ਮੂੰਹ ਆਮ ਬੰਦਿਆਂ ਜਿੱਡਾ ਇੱਥੋਂ ਸ਼ੁਰੂ ਹੁੰਦਾ, ਜਿੱਡਾ ਕੱਦ ਆ ਉੱਡਾ ਮੂੰਹ ਆ। ਉਹਨੇ ਦੇਖਿਆ ਕਿਹੋ ਜਿਹਾ ਰੋਡ ਵਿਛਾਤੇ ਆ ਗਡਕਰੀ ਸਾਹਿਬ ਨੇ, ਜਦੋਂ ਸੜਕਾਂ ਤੇ ਚੱਲਦੇ ਆ ਨਮਸਕਾਰ ਕਰਿਆ ਕਰਨੀ ਚਾਹੀਦੀ ਹੈ ਕਿ ਬੰਦਾ ਕੰਮ ਕਰਦਾ ਆ। ਮੈਂ ਇਸ ਕਰਕੇ ਨਹੀਂ ਕਿ ਬੀਜੇਪੀ 'ਚ, ਮੈਂ ਕਹਿੰਦਾ ਕੰਮ ਤਾਂ ਦੇਖੋ, ਔਰ ਪੰਜਾਬ ਲਈ ਬਿਲਕੁਲ ਉਹ ਬਹੁਤ ਵਧੀਆ ਸੋਚ ਰਿਹਾ ਆ। ਉਹਨਾਂ ਦੀ ਛਵੀ, ਉਹਨਾਂ ਦਾ ਇਮੇਜ ਜਾਂ ਉਸ ਪਾਰਟੀ ਦਾ ਪਤਾ ਨਹੀਂ ਕਿਉਂ ਖਰਾਬ ਕਰ ਰਹੇ ਲੋਕ। ਜਾਂ ਤਾਂ ਉਹ ਆ ਜਿਹੜੇ ਚਾਹੁੰਦੇ ਸੀ ਵੀ ਥੱਲੇ ਲੱਗ ਕੇ ਇਲੈਕਸ਼ਨ ਲੜੀ ਜਾਣ, ਰਾਜ ਭਾਗ ਅਸੀਂ ਮਾਣੀ ਜਾਈਏ, ਬਾਦਸ਼ਾਹ ਕਾੜੂ ਵਾਂਗੂ ਅਸੀਂ ਗੰਜ ਜੋੜੀ ਜਾਈਏ, ਬੀਜੇਪੀ ਪਿੱਛ ਲੱਗ ਜੇ ਰਵੇ, ਪਿੱਛੇ ਪਾਛੜੀ ਮਤਲਬ ਪਿੱਛੇ ਦੱਬੀ ਜੇ, ਦੋ ਕਿਹਨਾਂ ਦੇ ਐਮ ਐਲ ਏ ਹੋਣ, ਦੋ ਤਿੰਨ ਉਹ ਵੀ ਜਿੱਦਾਂ ਮਰਜ਼ੀ ਦਬਾ ਲਿਆ ਕਰਨ, ਅਤੇ ਇਹ ਨਾ ਉੱਠ ਪਵੇ। ਜਦੋਂ ਹੁਣ ਇਕੱਲਿਆਂ ਇਲੈਕਸ਼ਨ ਲੜਨ ਲੱਗੇ ਆ, ਉਹ ਸਾਰੀਆਂ ਪਾਰਟੀਆਂ ਐਕਟਿਵ ਹੋ ਗਈਆਂ ਅਤੇ ਸ਼ਾਮਤ ਆ ਗਈ ਮੇਰੀ ਗਰੀਬ, ਮੈਨੂੰ ਉੱਥੇ ਲੜਾ ਦਿੰਦੇ ਕਿਤੋਂ ਹੋਰ ਕਿਤੇ। ਇਸ ਵਿਚਾਲੇ ਕਿਸਾਨਾਂ ਨੂੰ ਧਮਕੀ ਦੇਣ ਵਾਲੇ ਬਿਆਨ ਤੇ ਵੀ ਹੰਸ ਰਾਜ ਹੰਸ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਧਮਕੀ ਦੇਣ ਵਾਲਾ ਲੱਗਦਾ ਹਾਂ, ਕਿਸੇ ਨੇ ਮੇਰਾ ਸਾਹ ਲੈਣਾ ਔਖਾ ਕੀਤਾ ਹੈ, ਡੇਢ ਮਹੀਨੇ ਤੋਂ ਕਿਸਾਨ ਮੇਰੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਨੇ, ਮੈਂ ਬਿਆਨ ਦਿੱਤਾ ਤਾਂ ਮੁੱਦਾ ਬਣ ਗਿਆ। ਹੰਸ ਰਾਜ ਹੰਸ ਨੇ ਕਿਹਾ ਕਿ ਮੇਰੇ ਬਿਆਨ ਦਾ ਕਈ ਸਮਾਜ ਸੇਵੀਆਂ ਨੇ ਵੀ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹੰਸ ਰਾਜ ਹੰਸ ਨੇ ਬਿਆਨ ਦਿੱਤਾ ਸੀਗਾ ਕਿ ਚੋਣਾਂ ਤੋਂ ਬਾਅਦ ਦੇਖਦਾ ਹਾਂ ਕਿਹੜਾ ਖੱਬੀ ਖਾਨ ਖੰਘਦਾ ਹੈ, ਹਾਲਾਂਕਿ ਇਸ ਬਿਆਨ ਤੇ ਉਹਨਾਂ ਨੇ ਆਪਣੀ ਸਫਾਈ ਵੀ ਦਿੱਤੀ ਸੀ। ਇਹ ਇੱਕ ਅਮੈਰੀਕਾ ਤੋਂ ਨਿਊਜ਼ ਆਈ ਸੀ, ਸਾਰਿਆਂ ਨੇ ਵੇਖੀ ਹੋਣੀ ਆ। ਇੱਕ ਪੁਲਿਸਮੈਨ ਆ, ਉਹਨੇ ਇੱਕ ਬੰਦਾ ਥੱਲੇ ਆਪਣੇ ਪੈਰਾਂ ਦੇ ਇੱਥੇ ਸ਼ਾਹ ਰੱਖ ਤੇ ਉਹਨੇ ਬੂਟ ਰੱਖੇ ਹੋਏ ਬੜੇ ਬੜੇ, ਪਤਾ ਤੁਹਾਨੂੰ ਅਮੈਰੀਕਨ ਪੁਲਿਸ ਦੇ ਬੂਟ ਕੈਸੇ ਹੁੰਦੇ ਆ। ਉਹਦੀ ਮੌਤ ਹੋ ਗਈ ਸੀ, ਉਹ ਬੋਲ ਲੈਣ ਦਿਓ ਬੋਲ ਲੈ, ਉਹ ਸਿਰ ਤੇ ਉਹਨੇ ਸ਼ਾਹ ਰੱਖ ਤੇ ਰੱਖਿਆ ਹੋਇਆ ਪੈਰ, ਉਹ ਕਹਿ ਰਿਹਾ ਮੈਂ ਬਹੁਤ ਤਕਲੀਫ਼ 'ਚ ਹਾਂ। ਉਹ ਹੋਰ ਦਬਾਤਾ, ਉਹਨੇ ਕਿਹਾ ਮੇਰਾ ਸਾਹ ਨਹੀਂ ਆ ਰਿਹਾ, ਹੁਣ ਸਾਹ ਲੈਣ 'ਚ ਤਕਲੀਫ਼ ਹੋ ਰਹੀ। ਉਹਨੇ ਹੋਰ ਦਬਾਤਾ, ਉਹਨੇ ਕਿਹਾ ਮੇਰਾ ਸਾਹ ਰੁਕ ਚੱਲਾ, ਉਹਨੇ ਹੋਰ ਦਬਾਤਾ, ਆਖਿਰ ਉਹ ਮਰ ਗਿਆ ਬੰਦਾ। ਆਹ ਹੋਈ ਜੋ ਮੇਰੇ ਨਾਲ ਡੇਢ ਮਹੀਨੇ, ਜਦੋਂ ਬਿਲਕੁਲ ਹੀ ਮੇਰਾ ਸਾਹ ਰੋਕਣ ਲੱਗਾ ਮਰਨ ਲੱਗਾ, ਅਤੇ ਤਿੰਨ ਕੁ ਸੈਕਿੰਡ ਲਈ ਜਿਹੜਾ ਮੈਂ ਜਾਂ ਕੋਈ ਤਿੰਨ ਮਿੰਟਾਂ ਲਈ ਮੈਂ ਬੋਲਿਆ, ਉਹ ਬੋਲਣ ਤੋਂ ਬਾਅਦ ਸਾਰੇ ਬੁੱਧੀਜੀਵੀ ਵੀ ਜਾਗ ਪਏ, ਸਾਰੇ ਐਂਕਰ ਵੀ ਜਾਗ ਪਏ। ਇਹ ਲੋਕੋ ਕੋਈ ਗੈਰਤਮੰਦ ਬੰਦਾ ਉਦੋਂ ਹੈ ਹੀ ਨਹੀਂ ਸੀ, ਡੇਢ ਮਹੀਨੇ ਤੋਂ ਤੁਹਾਡਾ ਭਰਾ ਰਾਤ ਦਿਨ ਇੱਦਾਂ ਸਿਰ ਵੀ ਕਦਮਾਂ 'ਚ ਰੱਖਦਾ, ਜੋੜਿਆਂ 'ਚ ਰੱਖਦਾ, ਉਦੋਂ ਤਾਂ ਤੁਸੀਂ ਬੋਲਿਆ ਨਹੀਂ ਕੋਈ ਵੀ, ਇਹ ਤਾਂ ਜ਼ਿਆਦਤੀ ਹੋ ਰਹੀ ਹੈ। ਅੱਗੇ ਵਧਾਂਗੇ ਤੇ ਰੁਕਾਂਗੇ ਅਗਲੀ ਖਬਰ ਦਾ। ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਕੈਂਡੀਡੇਟ ਗੇਜਾ ਰਾਮ ਵਾਲਮੀਕਿ ਦਾ ਵਿਰੋਧ ਕਰਨ ਵਾਲੇ ਕਿਸਾਨ ਨੂੰ ਚੇਤਾਵਨੀ ਉਹਨਾਂ ਦੇ ਵੱਲੋਂ ਦਿੱਤੀ ਗਈ ਹੈ। ਗੇਜਾ ਰਾਮ ਨੇ ਕਿਹਾ ਹੈ ਕਿ ਗੁੰਡਾਗਰਦੀ ਕਰਨ ਵਾਲੇ ਕਿਸਾਨ ਕਿਸੇ ਭੁਲੇਖੇ 'ਚ ਨਾ ਰਹਿਣ, ਜਿਵੇਂ ਕਾਉਂਕੇ ਕਲਾ ਤੋਂ ਭਜਾਇਆ ਸੀਗਾ ਉਹੇ ਹੀ ਹਾਲ ਕਰਾਂਗੇ, ਜਿਹੜਾ ਖੰਘਿਆ ਉਹ ਤੰਗਿਆ, ਅਸੀਂ ਕਿਸੇ ਤੋਂ ਨਹੀਂ ਡਰਦੇ। ਤੇ ਇਸ ਦੇ ਵਿਚਾਲੇ ਆ ਬਿਆਨ ਗੇਜਾ ਰਾਮ ਵਾਲਮੀਕਿ ਦੇ ਵੱਲੋਂ ਦਿੱਤਾ ਗਿਆ। ਕਾਬਲੇ ਗੌਰ ਹੈ ਕਿ ਬੀਜੇਪੀ ਕੈਂਡੀਡੇਟ ਜਿੱਥੇ ਵੀ ਜਾਂਦੇ ਨੇ ਤੇ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਨਿਰੰਤਰ ਵਿਰੋਧ ਕੀਤਾ ਜਾਂਦਾ ਹੈ, ਚਾਹੇ ਉਹ ਪਰਮਪਾਲ ਕੌਰ ਹੋਣ, ਚਾਹੇ ਉਹ ਦਿਨੇਸ਼ ਬੱਬੂ ਹੋਣ, ਚਾਹੇ ਉਹ ਹੰਸਰਾਜ ਹੰਸ ਹੋਣ, ਚਾਹੇ ਉਹ ਤਰਨਜੀਤ ਸਿੰਘ ਹੋਣ। ਗੇਜਾ ਰਾਮ ਵਾਲਮੀਕਿ ਦੇ ਵੱਲੋਂ ਕਿਹਾ ਗਿਆ ਹੈ ਕਿ ਗੁੰਡਾਗਰਦੀ ਕਰਨ ਵਾਲੇ ਕਿਸਾਨ ਕਿਤੇ ਭੁਲੇਖੇ 'ਚ ਨਾ ਰਹਿਣ, ਜਿਵੇਂ ਕਾਉਂਕੇ ਕਲਾ ਤੋਂ ਭਜਾਇਆ ਸੀਗਾ ਉਹੀ ਹਾਲ ਕਰਾਂਗੇ।
ਇੱਕ ਵਾਰ ਇਹ ਵੀ ਧਮਕੀ ਦਿੱਤੀ ਹੈ ਕਿ ਮੈਂ ਜਿਹੜੇ ਰਵਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਵਿਰੋਧ 'ਚ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ। ਮੇਰੀ ਇੱਕ ਬੇਨਤੀ ਸੁਣੋ, ਬਿੱਟੂ ਦਾ ਕਿਸਾਨਾਂ ਨਾਲ ਕੁਛ ਕਰਿਆ ਨਹੀਂ, ਬੋਲਿਆ ਹੀ ਹੈ ਅੱਜ ਤੱਕ ਕੌਂਕੇ ਕਿਲੇ 'ਚ ਕਿਸਾਨ ਭਜਾਏ ਹੈ ਸਾਡੀ ਰੈਲੋ 'ਚ ਪੈਣਾ ਰੈਲੀ 'ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕਿ ਮਜ਼ਬੂਤ ਸਿੱਖ ਸਮਾਜ ਹੈ ਜਿਹੜਾ ਖੰਘਿਆ ਅਤੇ ਉਹਨੂੰ ਟੰਗਿਆ, ਅਸੀਂ ਕੋਈ ਡਰਦੇ ਨਹੀਂ ਨਾ ਅਸੀਂ ਕਿਸੇ ਡਰਾਉਣਾ। ਹੋਰ ਹਲਕੇ ਲਈ ਤੁਹਾਡਾ ਕੀ ਏਜੰਡਾ ਰਹੇਗਾ ਫਤਿਹਗੜ੍ਹ? ਸਾਡਾ ਏਜੰਡਾ ਪੰਜਾਬ ਦਾ ਸਭ ਤੋਂ ਪਹਿਲਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ, ਇੱਥੇ ਵਿਕਾਸ ਵੀ ਕਰਾਵਾਂਗੇ, ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ। ਇੱਕ ਵਾਰ ਇਹ ਵੀ ਧਮਕੀ ਦਿੱਤੀ ਹੈ ਕਿ ਮੈਂ ਜਿਹੜੇ ਰਵਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਵਿਰੋਧ 'ਚ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ। ਮੇਰੀ ਇੱਕ ਬੇਨਤੀ ਸੁਣੋ, ਬਿੱਟੂ ਦਾ ਕਿਸਾਨਾਂ ਨਾਲ ਕੁਛ ਕਰਿਆ ਨਹੀਂ, ਬੋਲਿਆ ਹੀ ਅੱਜ ਤੱਕ ਕੌਂਕੇ ਕਿਲੇ 'ਚ ਕਿਸਾਨ ਭਜਾਏ ਹੈ ਸਾਡੀ ਰੈਲੋ 'ਚ ਪੈਣਾ ਰੈਲੀ 'ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕਿ ਮਜ਼ਬੂਤ ਸਿੱਖ ਸਮਾਜ ਹੈ ਜਿਹੜਾ ਖੰਘਿਆ ਅਤੇ ਉਹਨੂੰ ਟੰਗਿਆ, ਅਸੀਂ ਕੋਈ ਡਰਦੇ ਨਹੀਂ ਨਾ ਅਸੀਂ ਕਿਸੇ ਡਰਾਉਣਾ। ਹੋਰ ਹਲਕੇ ਲਈ ਤੁਹਾਡਾ ਕੀ ਏਜੰਡਾ ਰਹੇਗਾ ਫਤਿਹਗੜ੍ਹ? ਸਾਡਾ ਏਜੰਡਾ ਪੰਜਾਬ ਦਾ ਸਭ ਤੋਂ ਪਹਿਲਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ, ਇੱਥੇ ਵਿਕਾਸ ਵੀ ਕਰਾਵਾਂਗੇ, ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ਼੍ਰੀ। ਤੇ ਰੁਜਾਲੇ ਫਤਿਹਗੜ੍ਹ ਸਾਹਿਬ ਤੋਂ ਬੀਜੇਪੀ ਦੇ ਕੈਂਡੀਡੇਟ ਨੇ ਗੇਜਾ ਰਾਮ ਵਾਲਮੀਕਿ, ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਚੇਤਾਵਨੀ ਇੱਕ ਤਰੀਕੇ ਦੀ ਦਿੱਤੀ ਗਈ ਹੈ। ਗੇਜਾ ਰਾਮ ਨੇ ਕਿਹਾ ਹੈ ਕਿ ਗੁੰਡਾਗਰਦੀ ਕਰਨ ਵਾਲੇ ਕਿਸਾਨ ਭੁਲੇਖੇ 'ਚ ਨਾ ਰਹਿਣ, ਜਿਵੇਂ ਕੌਂਕੇ ਕਲਾ ਤੋਂ ਭਜਾਇਆ ਸੀਗਾ ਉਹੀ ਹੱਲ ਕਰਾਂਗੇ, ਜਿਹੜਾ ਖੰਘਿਆ ਉਹ ਟੰਗਿਆ, ਅਸੀਂ ਕਿਸੇ ਤੋਂ ਨਹੀਂ ਡਰਦੇ। ਤੇ ਬੀਜੇਪੀ ਕੈਂਡੀਡੇਟ ਸਾਹਿਬ ਪੰਜਾਬ ਹੋਏ ਚਾਹੇ ਹਰਿਆਣਾ ਹੋਏ, ਤਮਾਮ ਜਦੋਂ ਚੋਣ ਪ੍ਰਚਾਰ ਕਰਨ ਲਈ ਉਹਨਾਂ ਦੇ ਵੱਲ ਰੁਖ ਕੀਤਾ ਜਾਂਦਾ ਹੈ ਤੇ ਇਸ ਵਿਚਾਲੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਇੱਕ ਵਾਰ ਇਹ ਵੀ ਧਮਕੀ ਦਿੱਤੀ ਹੈ ਕਿ ਮੈਂ ਜਿਹੜੇ ਰਵਨੀਤ ਬਿੱਟੂ ਹੰਸਰਾਜ ਜਾਂ ਕੋਈ ਹੋਰ ਕਿਸਾਨਾਂ ਦੇ ਵਿਰੋਧ 'ਚ ਗੱਲ ਕਰਦੇ ਨੇ ਉਹਨਾਂ ਨੂੰ ਜਾਨੋਂ ਮਰਵਾਵਾਂਗੇ ਕਹਿੰਦਾ। ਮੇਰੀ ਇੱਕ ਬੇਨਤੀ ਸੁਣੋ, ਬਿੱਟੂ ਦਾ ਕਿਸਾਨਾਂ ਨਾਲ ਕੁਛ ਕਰਿਆ ਨਹੀਂ, ਬੋਲਿਆ ਹੀ ਹੈ ਅੱਜ ਤੱਕ ਕੌਂਕੇ ਕਿਲੇ 'ਚ ਕਿਸਾਨ ਭਜਾਏ ਹੈ ਸਾਡੀ ਰੈਲੋ 'ਚ ਪੈਣਾ ਰੈਲੀ 'ਚ ਤੁਸੀਂ ਦੇਖਿਆ ਹੋਣਾ ਸਾਡੇ ਇਹ ਵਾਲਮੀਕਿ ਮਜ਼ਬੂਤ ਸਿੱਖ ਸਮਾਜ ਹੈ ਜਿਹੜਾ ਖੰਘਿਆ ਅਤੇ ਉਹਨੂੰ ਟੰਗਿਆ, ਅਸੀਂ ਕੋਈ ਡਰਦੇ ਨਹੀਂ ਨਾ ਅਸੀਂ ਕਿਸੇ ਡਰਾਉਣਾ। ਹੋਰ ਹਲਕੇ ਲਈ ਤੁਹਾਡਾ ਕੀ ਏਜੰਡਾ ਰਹੇਗਾ ਫਤਿਹਗੜ੍ਹ? ਸਾਡਾ ਏਜੰਡਾ ਪੰਜਾਬ ਦਾ ਸਭ ਤੋਂ ਪਹਿਲਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ, ਇੱਥੇ ਵਿਕਾਸ ਵੀ ਕਰਾਵਾਂਗੇ, ਦੇਸ਼ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਸਟੇਟ ਬਣਾਵਾਂਗੇ ਪੰਜਾਬ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ। ਤੇ ਗੇਜਾ ਰਾਮ ਵਾਲਮੀਕਿ ਦੇ ਵੱਲੋਂ ਇੱਕ ਤਰੀਕੇ ਦੀ ਪੰਜਾਬ 'ਚ ਬੀਜੇਪੀ ਕੈਂਡੀਡੇਟਸ ਦੇ ਵਿਰੋਧ ਤੇ ਤਰੁਣ ਚੁੱਗ ਦੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ। ਤਰੁਣ ਚੁੱਗ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਸਿਆਸੀ ਪਾਰਟੀਆਂ ਦੇ ਕਿਸਾਨ ਵਿੰਗ ਨੇ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ, ਆਮ ਭੋਲੇ ਭਾਲੇ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਮੋਦੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ। ਪੰਜਾਬ ਦੇ ਅੰਦਰ ਸੈਂਟਰ ਲੀਡਰਸ਼ਿਪ ਮਾਨੇ ਰਾਜਨਾਥ ਸਿੰਘ ਜੀ ਹੋਣ, ਸਰਦਾਰ ਹਰਦੀਪ ਸਿੰਘ ਪੁਰੀ ਹੋਣ, ਸਾਰੀ ਲੀਡਰਸ਼ਿਪ ਪੰਜਾਬ 'ਚ ਜਿਹੜੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਫਿਰ ਤੋਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ, ਵਿਰੋਧ ਨਹੀਂ ਕਹਿੰਦੇ ਸੀ ਸਵਾਲ ਕਰਾਂਗੇ। ਐਸਾ ਕਿ ਕੁਛ ਲੋਕ ਮੇਰੇ ਭੋਲੇ ਭਾਲੇ ਕਿਸਾਨਾਂ ਨੂੰ ਬਲਗਰਾਨ ਦਾ
ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਕਰ ਰਹੇ। ਮੇਰੀ ਕਿਸਾਨ ਭਾਈਚਾਰੇ ਨੂੰ ਨਿਵੇਦਨ ਹੈ ਕਿ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਵਾਸਤੇ ਬਹੁਤ ਕੰਮ ਕੀਤਾ ਔਰ ਅੱਗੋਂ ਵੀ ਕਿਸਾਨਾਂ ਨਾਲ ਗੱਲਬਾਤ ਦੇ ਉਹਨਾਂ ਦੀ ਸਮੱਸਿਆਵਾਂ ਦੇ ਹੱਲ ਵਾਸਤੇ ਸਾਡੀ ਸਰਕਾਰ ਦੇ ਰਸਤੇ ਖੁੱਲ੍ਹੇ ਹੈ। ਇਹ ਉਹ ਲੋਕ ਨੇ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਕਿਸਾਨ ਵਿੰਗ ਉਹ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼।